ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤਰ ਆਪਣਾ ਜਸਕਰਨ ਸਿੰਘ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਾਰਜ਼ ਬਾਰੇ ਕਿ ਤੁਹਾਨੂੰ ਜਿਹੜੀ ਕੈਨੇਡਾਵਾਂ ਜਾਣ ਕੇ ਗੱਡੀ ਲੈਣੀ ਆ ਉਹ ਲੋਨ ਤੇ ਲੈਣੀ ਚਾਹੀਦੀ ਆ ਜਾਂ ਤੁਹਾਨੂੰ ਕੈਸ਼ ਲੈਣੀ ਚਾਹੀਦੀ ਆ ਤਾਂ ਇਹਨਾਂ ਦੋਵਾਂ ਬਾਰੇ ਗੱਲ ਕਰਾਂਗੇ ਆਪਾਂ ਤੁਹਾਨੂੰ ਦੱਸਾਂਗੇ ਕਿ ਇਹਨਾਂ ਦੇ ਕੁਝ ਬੈਨੀਫਿਟ ਤੇ ਨਾਲ ਦੀ ਨਾਲ ਆਪਾਂ ਗੱਲ ਕਰਾਂਗੇ ਕਿ ਇਹਨਾਂ ਦੇ ਕੁਝ ਨੁਕਸਾਨ ਕੀ ਨੇ ਜੇਕਰ ਤੁਸੀਂ ਕੈਸ਼ ਚ ਲੈਣੀ ਹੋ ਤਾਂ ਉਹਦੇ ਕੀ ਨੁਕਸਾਨ ਨੇ ਜਾਂ ਜੇਕਰ ਤੁਸੀਂ ਲੋਨ ਕਰਉਣਾ ਤਾਂ ਉਹਦੇ ਕੀ ਨੁਕਸਾਨ ਨੇ ਤੇ ਚਲੋ ਹੁਣ ਆਪਾਂ ਸ਼ੁਰੂ ਕਰਦੇ ਆਪਨੀ ਅੱਜ ਦੀ ਵੀਡੀਓ ਤੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਕਿ ਜੇਕਰ ਕਿਸੇ ਚੀਜ਼ ਦੇ ਕੋਈ ਬੈਨੀਫਿਟ ਨੇ ਤੇ ਨਾਲ ਦੀ ਨਾਲ ਉਹਦੇ ਕੋਈ ਨੁਕਸਾਨ ਵੀ ਹੁੰਦੇ ਨੇ ਜੇ ਹੁਣ ਆਪਾਂ ਗੱਲ ਕਰੀਏ ਕਿ ਤੁਹਾਨੂੰ ਤੁਸੀਂ ਬ ਪਰ ਉਹਦੇ ਨਾਲ ਨਾਲ ਜੇਕਰ ਆਪਾਂ ਕੈਸ਼ ਤੇ ਗੱਡੀ ਲੈਣੇ ਤੋਂ ਉਹ ਕਿ ਨੁਕਸਾਨੀ ਹੋਏ ਕਿ ਨਹੀਂ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜੇਕਰ ਤੁਸੀਂ ਕੋਈ ਗੱਡੀ ਕੈਸ਼ ਤੇ ਲੈਣੇ ਤਾਂ ਉਹਦੇ ਬੇਨਫਿਟ ਕੀ ਨੇ ਤੇ ਉਹਦੇ ਨੁਕਸਾਨ ਕੀ ਨੇ ਤਾਂ ਪਹਿਲਾਂ ਆਪਾਂ ਗੱਲ ਕਰਦੇ ਆਂ ਬੈਨੀਫਿਟਸ ਦੀ ਤੇ ਕੈਸ਼ ਤੇ ਗੱਡੀ ਲੈਣ ਦਾ ਸਭ ਤੋਂ ਪਹਿਲਾਂ ਬੈਨੀਫਿਟ ਇਹ ਹੈਗਾ ਕਿ ਤੁਹਾਨੂੰ ਕੋਈ ਫਿਕਰ ਨਹੀਂ ਰਹਿੰਦੀ ਕਿ ਤੁਸੀਂ ਮੰਥਲੀ ਪੇਮੈਂਟ ਦੇਣੀ ਆ ਕਿਉਂਕਿ ਜਦੋਂ ਆਪਾਂ ਲੋਨ ਕਰਦੇ ਆਂ ਤਾਂ ਆਪਾਂ ਨੂੰ ਮੰਥਲੀ ਪੇਮੈਂਟ ਦੇਣੇ ਪੈਂਦੇ ਨੇ ਪਰ ਜਦੋਂ ਆਪਾਂ ਕੈਸ਼ ਤੇ ਗੱਡੀ ਲੈਂਦੇ ਆਂ ਤਾਂ ਆਪਾਂ ਸਾਰੇ ਪੈਸੇ ਜਿਹੜੇ ਪਹਿਲਾਂ ਦੇ ਦਿੰਦੇ ਆਂ ਤੇ ਆਪਾਂ ਨੂੰ ਇਹ ਟੈਨਸ਼ਨ ਨਹੀਂ ਰਹਿੰਦੀ ਕਿ ਅਗਲੇ ਮਹੀਨੇ ਮੈਂ ਇਹਦੀ ਪੇਮੈਂਟ ਦੇਣੀ ਆ ਮੇਰੇ ਇੱਕ ਮਹੀਨੇ ਦੀ ਪੇਮੈਂਟ ਜਿਹੜੀ ਨਹੀਂ ਬੰਦੀ ਆ ਮੇਰੇ ਕੋਲ ਹੈ ਨਹੀਂ ਕਿ ਮੈਂ ਅਗਲੇ ਮਹੀਨੇ ਕਿੱਦਾਂ ਦੇਣੀ ਆ ਤਾਂ ਉਸ ਚੀਜ਼ ਦੀ ਤੁਹਾਨੂੰ ਟੈਨਸ਼ਨ ਜਿਹੜੀ ਆ ਉਹ ਨਹੀਂ ਰਹਿੰਦੀ ਤਾਂ ਤੁਸੀਂ ਫੁੱਲ ਗੜੰਜ ਵੀ ਕਰਾ ਸਕਦੇ ਹੋ ਤੁਸੀਂ ਘੱਟ ਲਾਇਬਿਲਟੀ ਵਾਲੀ ਵੀ ਕਰਾ ਸਕਦੇ ਹੋ ਤੁਸੀਂ ਕਿਹੜੀ ਇੰਸ਼ੋਰੈਂਸ ਕਰਾਉਣੀ ਹੈ ਜਿਹੜੀ ਤੁਹਾਨੂੰ ਸਹੀ ਲੱਗਦੀ ਹੈ ਕਿ ਹਾਂਜੀ ਇੰਨੀ ਕਵਰੇਜ ਮੈਨੂੰ ਬਹੁਤ ਆ ਤਾਂ ਤੁਸੀਂ ਉਹ ਇੰਸ਼ੋਰੈਂਸ ਆਪਣੀ ਮਰਜ਼ੀ ਨਾਲ ਕਰਾ ਸਕਦੇ ਹੋ ਤੇ ਤੀਜਾ ਬੈਨੀਫਿਟ ਇਹਦਾ ਇਹ ਹੈਗਾ ਵਾ ਕਿ ਜਦੋਂ ਤੁਸੀਂ ਗੱਡੀ ਕੈਸ਼ 'ਚ ਲੈਨੇ ਤਾਂ ਤੁਹਾਨੂੰ ਕੋਈ ਇੰਟਰਸਟ ਨਹੀਂ ਲੱਗਦਾ ਕਿਉਂਕਿ ਤੁਸੀਂ ਸਾਰੀ ਗੱਡੀ ਕੈਸ਼ 'ਤੇ ਭੇ ਕਰਤੀ ਆ ਤੁਸੀਂ ਕੋਈ ਵੀ ਲੋਨ ਨਹੀਂ ਕਰਾਇਆ ਤਾਂ ਤੁਹਾਨੂੰ ਜਿਹੜਾ ਇੰਟਰਸਟ ਆ ਉਹ ਨਹੀਂ ਲੱਗੂਗਾ ਤੇ ਜਿਹੜਾ ਇੱਕ ਹੋਰ ਇਹਦਾ ਬੈਨੀਫਿਟ ਹੈਗਾ ਵਾ ਉਹ ਹੈਗਾ ਵਾ ਕਿ ਜਦੋਂ ਤੁਸੀਂ ਗੱਡੀ ਲੈਨੇ ਹੋ ਕੈਸ਼ ਤੇ ਤਾਂ ਉਹ ਤੁਹਾਡੀ ਮਰਜ਼ੀ ਆ ਤੁਸੀਂ ਜਦ ਯਾ ਤੁਸੀਂ ਉਸ ਨੂੰ ਉਸੇ ਟਾਈਮ ਹੀ ਸੈਲ ਕਰ ਸਕਦੇ ਹੋ ਜਦੋਂ ਤੁਸੀਂ ਚਾਹੁੰਦੇ ਹੋ ਤਾਂ ਇਹ ਕੁਝ ਬੈਨੀਫਿਟ ਨੇ ਜੋ ਕਿ ਕੈਸ਼ ਤੇ ਗੱਡੀ ਲੈਣ ਦੇ ਹੈਗੇ ਨੇ ਪਰ ਜੇ ਹੁਣ ਆਪਾਂ ਗੱਲ ਕਰੀਏ ਇਹਦੇ ਨੁਕਸਾਨ ਕੀ ਨੇ ਤਾਂ ਇਹਦੇ ਨੁਕਸਾਨ ਵੀ ਹੈਗੇ ਨੇ ਜਿਕਰ ਬੈਨੀਫਿਟ ਨੇ ਤਾਂ ਨੁਕਸਾਨ ਵੀ ਹੋਣਗੇ ਤਾਂ ਪਹਿਲਾ ਨੁਕਸਾਨ ਇਹਦਾ ਇਹ ਹੈਗਾ ਵਾ ਕਿ ਤੁਸੀਂ ਆਪਣਾ ਜਿਹੜਾ ਕ੍ਰੈਡਿਟਰ ਹਿਸਟਰੀ ਊਣੀ ਬਣਾ ਪਉਂਦੇ ਕਿਉਂਕਿ ਜਦੋਂ ਤੁਸੀਂ ਗੱਡੀ ਲੈਨੇ ਹੋ ਕੈਸ਼ ਤੇ ਤਾਂ ਤੁਹਾਡੇ ਕ੍ਰੈਡਿਟਰ ਦੇ ਨਾਲ ਕੋਈ ਲਿੰਕ ਨਹੀਂ ਹੁੰਦਾ ਤੁਹਾਡੀ ਗੱਡੀ ਦਾ ਤਾਂ ਉਹਦੇ ਵਿੱਚ ਤੁਹਾਡੀ ਪ੍ਰੋਬਲਮ ਹੁੰਦੀ ਆ ਤੁਹਾਡੇ ਜਿਹੜਾ ਕ੍ਰੈਡਿਟ ਹਿਸਟਰੀ ਆ ਉਹ ਵਧੀਆ ਨਹੀਂ ਬਣਦੀ ਕਿਉਂਕਿ ਅੱਗੇ ਜਾ ਕੇ ਜੇ ਤੁਸੀਂ ਘਰ ਲੈਣੇ ਆ ਤਾਂ ਜੇ ਤੁਸੀਂ ਘਰ ਦਾ ਲੋਨ ਲੈਨੇ ਹੋ ਤਾਂ ਤੁਹਾਨੂੰ ਤੁਸੀਂ ਇਹ ਨਹੀਂ ਸ਼ੋਅ ਕਰੋ ਪਉਂਦੇ ਵੀ ਪਹਿਲਾਂ ਮੈਂ ਗੱਡੀ ਲਈ ਸੀਗੀ ਤੇ ਮੈਂ ਉੱਥੇ ਜਿਹੜੀਆਂ ਪੇਮੈਂਟਸ ਨੇ ਉਹ ਟਾਈਮ ਟੂ ਟਾਈਮ ਕੀਤੀਆਂ ਨੇ ਤਾਂ ਕਰਕੇ ਮੇਰੀ ਜਿਹੜੀ ਕ੍ਰੈਡਿਟ ਹਿਸਟਰੀ ਵਧੀਆ ਵਾ ਤੇ ਤੁਹਾਨੂੰ ਜਿਹੜਾ ਮੌਰਗੇਜ ਆ ਜਾਂ ਕੋਈ ਲੋਨ ਤੁਸੀਂ ਘਰ ਦਾ ਕਰਾਉਨੇ ਹੋ ਉਹ ਤੁਹਾਨੂੰ ਥੋੜਾ ਸਸਤਾ ਤੇ ਉਹ ਤੁਹਾਡੀ ਜਿਹੜਾ ਹਿਸਟਰੀ ਆ ਉਹ ਨਹੀਂ ਬੰਦੀ ਕਿਉਂਕਿ ਜਿਹੜਾ ਕ੍ਰੈਡਿਟ ਆ ਕੈਨੇਡਾ ਵਿੱਚ ਕ੍ਰੈਡਿਟ ਹਿਸਟਰੀ ਬਹੁਤ ਇੰਪੋਰਟੈਂਟ ਆ ਕੋਈ ਵੀ ਚੀਜ਼ ਲੈਣ ਲਈ ਤਾਂ ਜੇ ਜੇਕਰ ਤੁਹਾਡੀ ਕ੍ਰੈਡਿਟ ਹਿਸਟਰੀ ਵਧੀਆ ਹੋਵੇ ਤਾਂ ਤੁਹਾਨੂੰ ਕੋਈ ਵੀ ਚੀਜ਼ ਸਸਤੀ ਮਿਲ ਜਾਂਦੀ ਹੈ ਇੰਟਰਸਟ ਰੇਟ ਜਿਹੜਾ ਵਾ ਉਹ ਘੱਟ ਲੱਗਦਾ ਵਾ ਤਾਂ ਪਹਿਲਾ ਨੁਕਸਾਨ ਇਹਦਾ ਹੈਗਾ ਵਾ ਇਹ ਇਹ ਦੂਜਾ ਨੁਕਸਾਨ ਇਹਦਾ ਇਹ ਹੈਗਾ ਵੇ ਕਿ ਜਦੋਂ ਆਪਾਂ ਗੱਡੀ ਲੈਨੇ ਕੈਸ਼ ਤੇ ਤਾਂ ਆਪਣੀ ਇੱਕ ਲਿਮਿਟ ਹੁੰਦੀ ਹੈ ਨਾ ਵੀ ਆਪਾਂ ਗੱਡੀ ਲੈਣੀ ਹੈ ਕੈਸ਼ ਆਪਣੇ ਕੋਲ ਪਿਆਵਾ 10000 ਰੁਪਏ ਆ ਆਪਾਂ 10000 ਦੀ ਲਿਮਿਟ ਦੇ ਵਿੱਚ ਵਿੱਚ ਹੀ ਗੱਡੀ ਲੈਣੀ ਆ ਤੇ ਆ ਮੋਸਟੇਪਸ ਅਗੈਨੜ ਗੱਡੀ ਕੈਸ਼ ਤੇ ਲੈਣੇ ਆ ਤਾਂ ਉਹਨਾਂ ਦੀ ਜਿਹੜੀ ਮੇਨਟੇਨੈਂਸ ਦਾ ਖਰਚਾ ਵਾ ਉਹ ਕਾਫੀ ਜ਼ਿਆਦਾ ਹੁੰਦਾ ਵਾ ਕਿਉਂਕਿ ਆਪਾਂ ਉਹ ਠੀਕ ਰੋਣੇ ਪੈਂਦੇ ਆ ਨੇ ਕਦੇ ਟਾਇਰ ਚੇਂਜ ਕਰਾ ਲੈ ਜਾਂ ਕੁਝ ਵੀ ਇਹ ਸਾਰੇ ਜਿਹੜਾ ਦੀ ਰਿਪੇਅਰ ਪੂਰਾ ਆਪਾਂ ਨੂੰ ਕਰਉਣੀ ਪੈਂਦੀ ਆ ਪਰ ਇਹਦੇ ਵਿੱਚ ਆਪਣੀ ਕੀ ਲਿਮਟ ਬਣ ਜੀਦੀ ਆਪਾਂ 10000 ਤੋਂ ਘਾਟੀ ਗੱਡੀ ਲੈ ਸਕਦੇ ਆ ਉਸ ਤੋਂ ਵੱਧ ਨਹੀਂ ਕਿਉਂਕਿ ਆਪਣੇ ਕੋਲ 10000 ਹੀ ਆ ਤਾਂ ਉਹਦੇ ਵਿੱਚ ਵੀ ਆਪਾਂ ਜਿਹੜੀ ਇੰਸ਼ੋਰੈਂਸ ਕਰਉਣੀ ਆ ਜੋ ਸਾਰਾ ਖਰਚਾ ਜਿਹੜਾ ਉਹਦੇ ਵਿੱਚ ਹੀ ਕਰਾਉਣਾ ਵਾ ਤੇ ਆਪਣੇ ਕੋਲ ਕੋਈ ਵੀ ਸੇਵਿੰਗ ਨਹੀਂ ਬਚਦੀ ਕਿਉਂਕਿ ਜਿਹੜੀ ਸਾਰੀ ਸ ਤੇ ਇਹ ਹੋਗੇ ਦਾ اگلا نقصان ਤੇ ਇਹ ਹੋਗੇ ਥੋੜੇ ਜਿਹਾ ਬੈਨੀਫਿਟ ਗੱਡੀ ਕੈਸ਼ ਤੇ ਲੈਣ ਦੇ ਤੇ نقصان ਦੇ ਹਨਾ ਤੇ ਇਹਦੇ ਥੋੜੇ ਜਿਹਾ نقصان ਹੋਗੇ ਤੇ ਹੁਣ ਆਪਾਂ ਗੱਲ ਕਰਦੇ ਆਂ ਫਾਈਨੈਂਸ ਦੇ ਬਾਰੇ ਜਦੋਂ ਤੁਸੀਂ ਗੱਡੀ ਲੈਣੇ ਹੋ ਲੋਨ ਤੇ ਤਾਂ ਲੋਨ ਤੇ ਗੱਡੀ ਲੈਣ ਦੇ ਵੀ ਕਾਫੀ ਬੈਨੀਫਿਟ ਹੈਗੇ ਨੇ ਤੇ ਜਿਨ੍ਹਾਂ ਵਿੱਚੋਂ ਪਹਿਲਾ ਬੈਨੀਫਿਟ ਇਹ ਆ ਕਿ ਜਦੋਂ ਤੁਸੀਂ ਗੱਡੀ ਲੈਣੇ ਹੋ ਲੋਨ ਤੇ ਤਾਂ ਤੁਹਾਡੀ ਜਿਹੜਾ ਇੱਕ ਲੋਨ ਸਟਾਰਟ ਹੋ ਜਾਂਦਾ ਵਾ ਤਾਂ ਉਹਦੇ ਵਿੱਚ ਕੀ ਹੁੰਦਾ ਵਾ ਕਿ ਤੁਹਾਡੀ ਜਿਹੜੀ ਕ੍ਰੈਡਿਟ ਹਿਸਟਰੀ ਆ ਉਹ ਬੰਨੀ ਸ਼ੁਰੂ ਹੋ ਜਾਂਦੀ ਆ ਜੇਕਰ ਤੁਸੀਂ ਆਪਣੀਆਂ ਪੇਮੈਂਟ ਟਾਈਮ ਟੂ ਟਾਈਮ ਕਰਦੇ ਹੋ ਤਾਂ ਤੁਹਾਡੀ ਕ੍ਰੈਡਿਟ ਹਿਸਟਰੀ ਜਿਹੜੀ ਆ ਉਹ ਬਹੁਤ ਵਧੀਆ ਬਣ ਜਾਂਦੀ ਤਾਨੂੰ ਇਹ ਸ਼ੋਅ ਤੁਸੀਂ ਕਰਾ ਸਕਦੇ ਹੋ ਵੀ ਹਾਂਜੀ ਮੈਂ ਗੱਡੀ ਲਈ ਸੀਗੀ ਤਾਂ ਮੇਰੇ ਪੇਮੈਂਟਾਂ ਟਾਈਮ ਟੂ ਟਾਈਮ ਗਈਆਂ ਨੇ ਤਾਂ ਉਹਦੇ ਕਰਕੇ ਜਿਹੜਾ ਤੁਹਾਨੂੰ ਲੋਨ ਆ ਉਹਦੇ ਉੱਤੇ ਥੋੜੀ ਜਿਆਦਾ ਇੰਟਰਸਟ ਰੇਟ ਜਿਹੜਾ ਵਾ ਉਹ ਘੱਟ ਪਊਗਾ ਐਜ਼ ਕੰਪੇਅਰਡ ਟੂ ਜੇਕਰ ਤੁਸੀਂ ਸਿੱਧਾ ਜਾ ਕੇ ਕੋਈ ਨਵਾਂ ਕਰ ਲੈਣ ਦੀ ਟਰਾਈ ਕਰਦੇ ਹੋ ਜਾਂ ਕੋਈ ਵੀ ਕੋਈ ਚੀਜ਼ ਤੁਸੀਂ ਲੈਣ ਦੀ ਟਰਾਈ ਕਰਦੇ ਹੋ ਤਾਂ ਤੁਹਾਨੂੰ ਸਿੱਧਾ ਜਿਹੜਾ ਇੰਟਰਸਟ ਰੇਟ ਆ ਜਿਆਦਾ ਪੈਂਦਾ ਉਹ ਪਰ ਜੇਕਰ ਤੁਸੀਂ ਟਰਾਈ ਕਰਦੇ ਹੋ ਤੁਹਾਡਾ ਵਧੀਆ ਪਹਿਲਾਂ ਕ੍ਰੈਡਿਟ ਹਿਸਟਰੀ ਬਣੀ ਹੋਈ ਹੈ ਤਾਂ ਤੁਹਾਡਾ ਜਿਹੜਾ ਲੋਨ ਵਾ ਕੋਈ ਨਵਾਂ ਅਪਰੂਵ ਕਰਾਉਣਾ ਤੁਸੀਂ ਤਾਂ ਉਹਦੇ ਚੋਂ ਤੁਹਾਨੂੰ ਇੰਟਰਸਟ ਰੇਟ ਕਿਉਂਕਿ ਤੁਸੀਂ ਪਹਿਲਾਂ ਇੱਕ ਰਿਲਾਈਏਬਲ ਕਸਟਮਰ ਰਹੇ ਹੋ ਜਿਹਦੇ ਕਰਕੇ ਤੁਹਾਡੇ ਜਿਹੜਾ ਕਿਹੜੇ ਹਿਸਟਰੀ ਆ ਉਹ ਵਧੀਆ ਬਣੀ ਆ ਤਾਂ ਇਹ ਸੀਗਾ ਇਹਦਾ ਪਹਿਲਾ ਬੈਨੀਫਿਟ ਤੇ ਦੂਜਾ ਬੈਨੀਫਿਟ ਇਹਦਾ ਇਹ ਵੀ ਹੈਗਾ ਵਾ ਕਿ ਜਿਵੇਂ ਹੁਣ ਤੁਸੀਂ ਗੱਡੀ ਲੈਣੀ ਆ ਲੋਨ ਤੇ ਤੁਸੀਂ ਕੋਈ ਵੀ ਗੱਡੀ ਆਪਣੀ ਲੈ ਸਕਦੇ ਹੋ ਜਿਹੜੀ ਕਿ ਤੁਹਾਨੂੰ ਪਸੰਦ ਵਾ ਲਾਈਕ ਤੁਸੀਂ ਲੈਣੀ ਆ ਗੱਡੀ ਆਪਾਂ ਜਿਵੇਂ ਕੈਸ਼ ਦੇ ਵਿੱਚ ਆਪਣੀ 10000 ਲਿਮਿਟ ਬਣ ਜਾਂਦੀ ਆ ਪਰ ਇਹਦੇ ਵਿੱਚ ਆਪਾਂ ਕੋਈ ਵੀ ਗੱਡੀ ਲੈ ਸਕਦੇ ਆ ਚਾਹੇ ਤੁਸੀਂ 1 ਲੱਖ ਡਾਲਰ ਦੀ ਲੈਣੀ ਆ ਪਰ ਇਹਦੀ ਆਪਾਂ ਗੱਲ ਨਹੀਂ ਕਰਦੇ ਜਿਵੇਂ ਤੁਸੀਂ 20 22 ਡਾਲਰ ਦੀ ਤੁਹਾਨੂੰ ਵਧੀਆ ਗੱਡੀ ਮਿਲਦੀ ਆ ਤੁਸੀਂ ਇੱਕ ਵਧੀਆ ਗੱਡੀ ਲੈ ਸਕਦੇ ਹੋ ਜੋ ਕਿ ਤਾਂ ਗੱਲ ਕਰਕੇ ਪੰਜ ਲੋਪੰਗ ਡੀ ਇੰਸ਼ੋਰੈਂਸ ਕਰਉਂਦੇ ਆ ਤਾਂ ਜਦੋਂ ਆਪਾਂ ਗੱਡੀ ਲੋਨ ਤੇ ਲੈਣੇ ਆ ਤਾਂ ਆਪਾਂ ਇੱਕ ਵਧੀਆ ਗੱਡੀ ਕੋਈ ਨਵਾਂ ਮਾਡਲ ਜਿਹੜਾ ਵਾ ਉਹ ਲੈ ਸਕਦੇ ਆ ਆਪਾਂ ਨੂੰ ਕੋਈ 2010 2008 ਪੁਰਾਣਾ ਮਾਡਲ ਨਹੀਂ ਲੈਣਾ ਪੈਂਦਾ ਆਪਾਂ ਕੋਈ ਨਵਾਂ ਅਪ ਟੂ ਡੇਟ ਮਾਡਲ ਜਿਹੜਾ ਹੈਗਾ ਵਾ ਕੋਈ 15 16 17 18 19 ਦੇ ਵਿੱਚ ਜਾਂ 20 ਮਾਡਲ ਕੋਈ ਵੀ ਲੈ ਸਕਦੇ ਆ ਤਾਂ ਇਹਦਾ ਇਹ ਵੀ ਬੈਨੀਫਿਟ ਹੈਗਾ ਵਾ ਕਿ ਤੁਹਾਨੂੰ ਇੱਕ ਨਵੀਂ ਗੱਡੀ ਮਿਲ ਜਾਂਦੀ ਆ ਤੇ ਇਹਦੇ ਵਿੱਚ ਇੱਕ ਇਹ ਵੀ ਹੁੰਦਾ ਵਾ ਕਿ ਤੁਹਾਨੂੰ ਤੁਸੀਂ ਜਦੋਂ ਗੱਡੀ ਲੈਣੇ ਹੋ ਤਾਂ ਤੁਹਾਨੂੰ ਗੱਡੀ ਪੂਰੀ ਟੈਸਟਡ ਮਿਲਦੀ ਆ ਗੱਡੀ ਵਿੱਚ ਕੋਈ ਵੀ ਕਮੀ ਨਹੀਂ ਹੋਊਗੀ ਜ ਕੋਈ ਵੀ ਨੁਕਸਾਨ ਨਹੀਂ ਗਾ ਕਿਉਂਕਿ ਜਿਹੜੀ ਕੰਪਨੀ ਆ ਇੱਥੇ ਕੈਨੇਡਾ ਦੇ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੂੰ ਇੱਕ ਜਿਹੜਾ ਦਾ ਲੈਵਲ ਆ ਉਹ ਕੰਪਲੀਟ ਕਰਕੇ ਖੜਨਾ ਪੈਂਦਾ ਵਾ ਗੱਡੀਆਂ ਦਾ ਕਿਉਂਕਿ ਕੈਨੇਡਾ ਸਰਕਾਰ ਵਾ ਜਿਹੜੀ ਉਹਨਾਂ ਨੇ ਰੂਲ ਬਣਾਏ ਨੇ ਕਿਉਂਕਿ ਕੋਈ ਵੀ ਗੱਡੀ ਆ ਜਿਹੜੀ ਕਿ ਇਸ ਕੰਡੀਸ਼ਨ ਆ ਉਹਦੀ ਐਵੇਂ ਦੀ ਕੰਡੀਸ਼ਨ ਆ ਉਹ ਗੱਡੀ ਰੋਡ ਦੇ ਉੱਤੇ ਨਹੀਂ ਆ ਸਕਦੀ ਤਾਂ ਉਹ ਸਾਰੀਆਂ ਜਿਹੜੇ ਕੰਡੀਸ਼ਨਸ ਨੇ ਇੱਕ ਜਿਹੜਾ ਏਜੰਟ ਆ ਉਹਨੂੰ ਪਾਰਕ ਨਹੀਂ ਪੈਂਦੀਆਂ ਨੇ ਕਿਉਂਕਿ ਉਹ ਉਹਨਾਂ ਕੰਡੀਸ਼ਨ ਤੋਂ ਬਿਨਾ ਆਪਾਂ ਗੱਡੀ ਜਿਹੜੀ ਆ ਰੋਡ ਤੇ ਨਹੀਂ ਲਿਆ ਸਕਦੇ ਤਾਂ ਇਹ ਵੀ ਹੁੰਦਾ ਵਾ ਇੱਕ ਬੇਨਫਿਟ ਕਿ ਆਪਾਂ ਕੋਈ ਵੀ ਗੱਡੀ ਜੇ ਲੈਣੇ ਆ ਲੋਨ ਤੇ ਲੈਣੇ ਆ ਤਾਂ ਉਹਦੇ ਵਿੱਚ ਆਪਾਂ ਨੂੰ ਇਹ ਬੈਨੀਫਿਟ ਮਿਲ ਜਾਂਦਾ ਵੀ ਆਪਣੀ ਗੱਡੀ ਜਿਹੜੀ ਆ ਉਹ ਵਧੀਆ ਕੰਡੀਸ਼ਨ ਦੀ ਵਿੱਚ ਹੀ ਹੋਊਗੀ ਚਾਹੇ ਤੁਸੀਂ ਸੈਕੰਡ ਹੈਂਡ ਲਈਆ ਚਾਹੇ ਤੁਸੀਂ ਨਵੀਂ ਲਈਆ ਪਰ ਫਿਰ ਵੀ ਤੁਹਾਨੂੰ ਆਪਣੇ ਵੱਲੇ ਇੱਕ ਵਾਰੀ ਗੱਡੀ ਜਿਹੜੀ ਆ ਪੂਰੀ ਟੈਸਟ ਕਰਣੀ ਚਾਹੀਦੀ ਹੈ ਵੀ ਹਾਂਜੀ ਗੱਡੀ ਪੂਰੀ ਸਹੀ ਆ ਕਿ ਨਹੀਂਗੀ ਤੇ ਅਗਲਾ ਬੈਨੀਫਿਟ ਇਹਦਾ ਇਹ ਹੈਗਾ ਵਾ ਕਿ ਜਦੋਂ ਤੁਸੀਂ ਗੱਡੀ ਲੈਨੇ ਹੋ ਲੋਨ ਤੇ ਤਾਂ ਜੇਕਰ ਤੁਸੀਂ ਕੈਸ਼ ਤੇ ਲੈਨੇ ਹੋ ਤਾਂ ਤੁਸੀਂ ਜਿਆਦਾ ਪੇਮ ਪੈਸੇ ਸਾਰੇ ਇਕੱਠੇ ਇੱਕੋ ਸਾਤੇ ਦੇਤੇ ਤਾਂ ਤੁਹਾਡੇ ਕੋਲ ਹੁਣ ਕੁਝ ਨਹੀਂ ਬਚਿਆ ਪਰ ਜੇ ਤੁਸੀਂ ਗੱਡੀ ਲੈਨੇ ਹੋ ਲੋਨ ਤੇ ਲਾਲੋ ਤੁਸੀਂ ਜੇਕਰ ਤੁਹਾਨੂੰ ਇੰਟਰਸਟ ਰੇਟ ਤਾਂ ਆਪਾਂ ਗੱਲ ਕਰਦੇ ਇੰਟਰਸਟ ਰੇਟ ਦੀ ਇਹਦੇ ਵਿੱਚ ਜੇਕਰ ਤੁਹਾਨੂੰ ਇੰਟਰਸਟ ਰੇਟ ਘੱਟ ਪੈਂਦਾ ਵਾ ਜੇਕਰ ਤੁਹਾਨੂੰ 3% ਤੋਂ ਘੱਟ ਇੰਟਰਸਟ ਰੇਟ ਪਿਆ ਰਿਹਾ ਵਾ ਤਾਂ ਤੁਹਾਨੂੰ ਬਹੁਤ ਵਧੀਆ ਗੱਡੀ ਜਿਹੜੀ ਉਹ ਮਿਲ ਰਹੀ ਆ ਕਿਉਂਕਿ ਜੇਕਰ 3% ਤੋਂ ਵੱਧ ਹੋ ਗਿਆ ਫਿਰ ਤੁਸੀਂ ਕੈਸ਼ਲ ਆਪਸ਼ਨ ਚੂਜ਼ ਕਰ ਸਕਦੇ ਹੋ ਪਰ ਜੇਕਰ ਤੁਹਾਨੂੰ ਇੰਟਰਸਟ ਰੇਟ 3 ਉਹ ਤੁਸੀਂ ਕਿਸੇ ਹੋਰ ਪਲਾਨ ਵਿੱਚ ਲਾ ਸਕਦੇ ਹੋ ਉਹ ਕਿਸੇ ਸੇਵ ਕਰ ਸਕਦੇ ਹੋ ਕਿਸੇ ਸੇਵਿੰਗ ਪਲਾਨ ਦੇ ਵਿੱਚ ਲਾ ਸਕਦੇ ਜਿਹਦੇ ਵਿੱਚ ਤੁਹਾਨੂੰ ਇੰਟਰਸਟ ਵਾਪਸ ਮਿਲੇਗਾ ਤੁਸੀਂ ਕਿਸੇ ਬੈਂਕ ਵਿੱਚ ਕੋਈ ਪਲਾਨ ਜਿਹੜਾ ਉਹ ਸ਼ੁਰੂ ਕਰ ਸਕਦੇ ਜਿਹਦੇ ਵਿੱਚ 7 ਸਾਲਾਂ ਬਾਅਦ ਤੁਹਾਨੂੰ ਪੈਸੇ ਇਕੱਠੇ ਵਾਪਸ ਮਿਲਣਗੇ ਜੋ ਕਿ ਤੁਹਾਨੂੰ ਕਾਫੀ ਹੱਦ ਤੱਕ ਜ਼ਿਆਦਾ ਮਿਲਣਗੇ ਐਜ਼ ਕੰਪੇਅਰਡ ਟੂ ਕਿੰਨਾ ਤੁਸੀਂ ਇੰਟਰਸਟ ਪੇ ਕਰੋਗੇ ਤਾਂ ਉਹਦੇ ਵਿੱਚ ਤੁਸੀਂ ਪੈਸੇ ਜ਼ਿਆਦਾ ਕਮਾਓਗੇ ਨਾ ਕਿ ਤੁਸੀਂ ਜ਼ਿਆਦਾ ਖਰਾਬ ਕਰੋਗੇ ਤਾਂ ਇਹ ਤੁਹਾਨੂੰ ਥੋੜਾ ਜਿਹਾ ਪਲਾਨ ਬਣਾ ਕੇ ਚੱਲਣਾ ਪਊਗਾ ਵੀ ਹਾਂਜੀ ਮੈਂ 10000 ਦੀ ਗੱਡੀ ਕੈਸ਼ ਤੇ ਲੈਣੀ ਸੀਗੀ ਪਰ ਹੁਣ ਮੈਂ ਲੈ ਲਈ ਆ ਉਹਦੇ ਤੇ ਆਪਣੇ ਲੋਨ ਤੇ ਤੇ ਲੋਨ ਦੇ ਕਰਕੇ ਮੇਰੇ ਜਿਹੜੇ ਪੈਸੇ ਬਚੇ ਨੇ ਉਹ ਮੈਂ ਇੱਕ ਸੇਵਿੰਗ ਪਲਾਨ ਦੇ ਵਿੱਚ ਲਾ ਰਿਹਾ ਹਾਂ ਜਾਂ ਕੋਈ ਰਿਟਾਇਰਮੈਂਟ ਪਲਾਨ ਆ ਉਹਦੇ ਵਿੱਚ ਲਾ ਰਿਹਾ ਹਾਂ ਤਾਂ ਕਿ ਤੁਹਾਨੂੰ ਅੱਗੇ ਜਾ ਕੇ ਜਿਹੜੇ ਪੈਸੇ ਆ ਉਹ ਪੂਰੇ ਵਾਪਸ ਮਿਲ ਜਾਣ ਤਾਂ ਇਹਦਾ ਵੀ ਇੱਕ ਇਹ ਬੇਨਫਿਟ ਹੋ ਜਾਂਦਾ ਵਾ ਕਿ ਤੁਸੀਂ ਆਪਣੀ ਸੇਵਿੰਗ ਨੂੰ ਕਿਸੇ ਸਹੀ ਪਾਸੇ ਲਾ ਸਕਦੇ ਜਿੱਥੋਂ ਤੁਹਾਨੂੰ ਕਿ ਕਮਾਈ ਹੋਵੇ ਜਿਵੇਂ ਆਪਾਂ ਇੰਡੀਆ 'ਚ ਕਿਸੇ ਨੂੰ ਵਿਆਜ ਦੇ ਪੈਸੇ ਦੇ ਦਿੰਦੇ ਨੇ ਤਾਂ ਉਸੇ ਸავਾਰ ਤੁਸੀਂ ਇੱਥੇ ਵੀ ਐਵੇਂ ਕੁਝ ਕਰ ਸਕਦੇ ਹੋ ਜਿਵੇਂ ਬੈਂਕ ਵਾਲਿਆਂ ਨੂੰ ਤੁਸੀਂ ਪੈਸੇ ਡਿਪੋਜ਼ਿਟ ਕਰਦੇ ਤਾਂ ਉਹ ਤੁਹਾਨੂੰ 3% ਇੰਟਰਸਟ ਜਿਹੜਾ ਵਾ ਉਹ ਮਿਲ ਰਿਹਾ ਵਾ ਤਾਂ ਉਹਦੇ ਨਾਲ ਤੁਹਾਨੂੰ ਬੇਨਫਿਟ ਹੋ ਜਾਂਦਾ ਵਾ ਤੇ ਇਹ ਹੈਗਾ ਇਹਦਾ ਅਗਲਾ ਬੇਨਫਿਟ ਤੇ ਇਹ ਇੱਕ ਮੈਨੂੰ ਇਹ ਬੇਨਫਿਟ ਲੱਗਦਾ ਵਾ ਜਿਹਦੇ ਕਰਕੇ ਬਹੁਤ ਸਾਰੇ ਜਿਹੜੇ ਕੈਨੇਡੀਅਨ ਨੇ ਜਿਹੜੀਆਂ ਗੱਡੀਆਂ ਨੇ ਉਹ ਲੋਨਸ ਤੇ ਲੈਂਦੇ ਨੇ ਤਾਂ ਆਪਣੇ ਜਿਹੜੇ ਪੈਸੇ ਨੇ ਹੋਵੇ ਕਿ ਗੱਲ ਕਰਦੇ ਆ ਇਹਦੇ ਨੁਕਸਾਨ ਕੀ ਨੇ ਤਾਂ ਇਹਦਾ ਨੁਕਸਾਨ ਪਹਿਲਾ ਨੁਕਸਾਨ ਇਹ ਹੈਗਾ ਵਾ ਕਿ ਜੇਕਰ ਤੁਸੀਂ ਆਪਣੇ ਲੋਨ ਦੀਆਂ ਪੇਮੈਂਟਾਂ ਜਿਹੜੀਆਂ ਨੇ ਉਹ ਟਾਈਮ ਟੂ ਟਾਈਮ ਨਹੀਂ ਕਰਦੇ ਤਾਂ ਤੁਹਾਡਾ ਜਿਹੜਾ ਕ੍ਰੈਡਿਟ ਹਿਸਟਰੀ ਆ ਉਹ ਖਰਾਬ ਵੀ ਹੋ ਸਕਦੀ ਆ ਹਾਂਜੀ ਤੁਹਾਨੂੰ ਪੇਮੈਂਟ ਜਿਹੜੇ ਨੇ ਉਹ ਟਾਈਮ ਤੇ ਕਰਨੇ ਪੈਣਗੇ ਤਾਂ ਹੀ ਤੁਹਾਡੀ ਹਿਸਟਰੀ ਜਿਹੜੀ ਆ ਉਹ ਵਧੀਆ ਬਣੂਗੀ ਨਹੀਂ ਤਾਂ ਤੁਹਾਡੀ ਹਿਸਟਰੀ ਜਿਹੜੀ ਆ ਉਹ ਬੈਡ ਵੀ ਹੋ ਸਕਦੀ ਆ ਤੇ ਦੂਜੀ ਗੱਲ ਇਹਦੇ ਵਿੱਚ ਇਹ ਹੈਗੇ ਕਿ ਤੁਹਾਨੂੰ ਜਿਹੜੀ ਇੰਸ਼ੋਰੈਂਸ ਆ ਉਹ ਫੁੱਲ ਕਵਰੇਜ ਹੀ ਕਰਾਉਣੀ ਪਊਗੀ ਕਿਉਂਕਿ ਜਦੋਂ ਆਪਾਂ ਗੱਡੀ ਲੋਨ ਤੇ ਲੈਂਦੇ ਆ ਤਾਂ ਗੱਡੀ ਦਾ ਜੇਕਰ ਐਕਸੀਡੈਂਟ ਹੋ ਜਾਂਦਾ ਵਾ ਤਾਂ ਗੱਡੀ ਜੇਕਰ ਰਾਈਟ ਅਪ ਹੋਣੀ ਆ ਤਾਂ ਤੁਹਾਡੇ ਕੋਲ ਫੁੱਲ ਕਵਰੇਜ ਹੋਣੀ ਚਾਹੀਦੀ ਤਾਂ ਕਿ ਤੁਹਾਨੂੰ ਪੱਲਿਓ ਕੁਝ ਵੀ ਪੇ ਨਾ ਕਰਨਾ ਪਵੇ ਹਾਂਜੀ ਤੁਹਾਨੂੰ ਪੱਲਿਓ ਕੁਝ ਵੀ ਪੇ ਨਾ ਕਰਨਾ ਪਵੇ ਤਾਂ ਕਿ ਤੁਹਾਡੇ ਕੋਲ ਫੁੱਲ ਕਵਰੇਜ ਗੱਡੀ ਦੀ ਹੋਵੇ ਜੇਕਰ ਫੁੱਲ ਕ ਜਿੰਨੇ ਜਿਹੜੀ ਤੁਹਾਡੀ ਇੰਸ਼ੋਰੈਂਸ ਕੰਪਨੀ ਆ ਉਹ ਆਪੇ ਹੀ ਪੇ ਕਰਦੀ ਆ ਤਾਂ ਉਹਦੇ ਵਿੱਚ ਤੁਹਾਨੂੰ ਸੇਫ ਸੇਫ ਫ੍ਰੈਂਡਲੀ ਤੁਹਾਨੂੰ ਜਿਹੜੀ ਫੁੱਲ ਇੰਸ਼ੋਰੈਂਸ ਕਰਾਉਣੀ ਪੈਂਦੀ ਆ ਪਰ ਇਹਦਾ ਇੱਕ ਨੁਕਸਾਨ ਹੈਗਾ ਵੀ ਤੁਸੀਂ ਆਪਣੀ ਮਰਜ਼ੀ ਨਾਲ ਆਪਣੀ ਜਿਹੜੀ ਅਕੋਰਡਿੰਗ ਜਿਹੜੀ ਤੁਹਾਨੂੰ ਇੰਸ਼ੋਰੈਂਸ ਲੱਗਦੀ ਤੁਸੀਂ ਕਰਾਉਣੀ ਆ ਤੁਸੀਂ ਉਹ ਨਹੀਂ ਕਰਾ ਸਕਦੇ ਤੁਹਾਨੂੰ ਫੁੱਲ ਕਵਰੇਜ ਇੰਸ਼ੋਰੈਂਸ ਹੀ ਕਰਾਉਣੀ ਪਊਗੀ ਤਾਂ ਇਸ ਤੋਂ ਬਾਅਦ ਜਿਹੜਾ ਇਹਦਾ ਅਗਲਾ ਨੁਕਸਾਨ ਹੈਗਾ ਵਾ ਉਹ ਹੈਗਾ ਵਾ ਕਿ ਕਈ ਵਾਰੀ ਤੁਹਾਨੂੰ ਇੰਟਰਸਟ ਰੇਟ ਜਿਹੜੇ ਨੇ ਉਹ ਜ਼ਿਆਦਾ ਪੈਂਦਾ ਵਾ ਜੇਕਰ ਤੁਹਾਨੂੰ ਇੰਟਰਸਟ ਰੇਟ ਜ਼ਿਆਦਾ ਪੈ ਰਿਹਾ ਵਾ ਤਾਂ ਤੁਹਾਨੂੰ ਗੱਡੀ ਇਹ ਚਤੇ ਲੈਂਦਾ ਇਹ ਵੇਦਾ ਵਤਨੋਂ ਲੌਂਗ ਟਰਮ ਦਾ ਕੋਈ ਫਾਇਦਾ ਨਹੀਂਗਾ ਕਿਉਂਕਿ ਕਿਵਰੇ ਤੁਹਾਨੂੰ 6 7 8% ਜਿਹੜਾ ਇੰਟਰਸਟ ਰੇਟ ਪੈਂਦਾ ਵਾ ਜੋ ਕਿ ਬਹੁਤ ਜ਼ਿਆਦਾ ਹੋ ਜਾਂਦਾ ਵਾ ਜੇਕਰ ਤੁਹਾਨੂੰ 3% ਤੋਂ ਘੱਟ ਪੈ ਰਿਹਾ ਵਾ ਤਾਂ ਸਹੀ ਵਾ ਪਰ ਜੇਕਰ ਇਸ ਤੋਂ ਜ਼ਿਆਦਾ ਪੈ ਰਿਹਾ ਤਾਂ ਤੁਹਾਨੂੰ ਨੁਕਸਾਨੀਆ ਗੱਡੀ ਲੋਨ ਤੇ ਲੈਣ ਦਾ ਇੱਕ ਗੱਲ ਹੋਰ ਹੈ ਕਿ ਜਦ ਜੇ ਆਪਾਂ ਨਵੀਂ ਗੱਡੀ ਲੈਣੇ ਆ ਤਾਂ ਉਹਦੇ ਉੱਤੇ ਆਪਾਂ ਨੂੰ ਕਈ ਆਪਸ਼ਨਸ ਮਿਲ ਜਾਂਦੇ ਨੇ ਇੰਟਰਸਟ ਫ੍ਰੀ ਆਪਾਂ ਜਿਵੇਂ ਤੁਹਾਨੂੰ ਪਹਿਲੇ 2 ਸਾਲ ਇੰਟਰਸਟ 0% ਪਊਗਾ ਫਿਰ ਤੁਹਾਨੂੰ 1% ਇੰਟਰਸਟ ਪਊਗਾ ਐਵੇਂ ਦੇ ਆਫਰ ਕਈ ਕੰਪਨੀਆਂਸ ਕੋਲ ਹੁੰਦੇ ਨੇ ਜੇ ਉਦੇ ਉੱਤੇ ਜਿਹੜਾ ਚਾਂਸਸ ਨੇ ਤੁਹਾਨੂੰ ਜਿਹੜੀ ਤੁਹਾਡੀ ਇੰਟਰਸਟ ਰੇਟ ਆ ਉਹ ਘੱਟ ਹੀ ਮਿਲਦਾ ਵਾ ਅਗਲਾ ਨੁਕਸਾਨ ਜਿਹੜਾ ਇਹਦਾ ਹੈਗਾ ਵਾ ਜੋ ਕਿ ਮੈਨੂੰ ਲੱਗਦਾ ਵਾ ਕਿ ਸਭ ਤੋਂ ਮੇਨ ਪ੍ਰੋਬਲਮ ਆ ਇਸ ਕੇਸ ਦੇ ਵਿੱਚ ਜੇ ਤੁਸੀਂ ਗੱਡੀ ਲੋਨ ਤੇ ਲੈਣੇ ਹੋ ਇਹ ਆ ਕਿ ਤੁਸੀਂ ਗੱਡੀ ਨੂੰ ਆਪਦੀ ਮਰਜ਼ੀ ਨਾਲ ਵੇਚ ਨਹੀਂ ਸਕਦੇ ਹਾਂਜੀ ਜਦ ਤੱਕ ਤੁਹਾਡਾ ਲੋਨ ਪੇ ਆਫ ਨਹੀਂ ਹੋ ਜਾਂਦਾ ਤੁਸੀਂ ਪੂਰਾ ਲੋਨ ਪੇ ਨਹੀਂ ਕਰ ਦਿੰਦੇ ਉਦੋਂ ਤੱਕ ਤੁਸੀਂ ਜਿਹੜੀ ਗੱਡੀ ਆਪਣੀ ਉਹ ਨਹੀਂ ਵੇਚ ਸਕਦੇ ਪਰ ਜੇਕਰ ਤੁਸੀਂ ਗੱਡੀ ਟ੍ਰੇਡ ਹੀ ਨਹੀਂ ਕਰਦੇ ਮਤਲਬ ਉਹ ਵੀ ਤੁਸੀਂ ਜਿਹੜੇ ਕੋਲ ਗੱਡੀ ਲਈ ਆ ਉਨੀ ਵਾਪਸ ਦੇਣੀ ਉਹਦਾ ਤੋਦੇ ਕਰਕੇ ਤੁਹਾਡਾ ਜਿਹੜਾ ਲਾਉਣਾ ਵਾਧ ਹੀ ਜਾਂਦਾ ਵਾ ਘਟਦਾ ਨਹੀਂਗਾ ਕਿਉਂਕਿ ਜੇ ਤੁਸੀਂ ਗੱਡੀ ਇੱਕ ਵਾਰੀ ਤੁਸੀਂ ਲਾ ਲਓ ਚਾਰਜਰ ਲੈ ਲਈਆ ਤਾਂ ਉਸ ਤੋਂ ਬਾਅਦ ਤੁਸੀਂ ਜੇਕਰ ਉਹ ਗੱਡੀ ਟ੍ਰੇਡ ਨਹੀਂ ਕਰਕੇ ਤੁਸੀਂ ਉਸ ਤੋਂ ਵੱਡੀ ਗੱਡੀ ਹੀ ਲੈ ਸਕਦੇ ਹੋ ਜਾਂ ਚਾਰਜਰ ਹੀ ਲੈ ਸਕਦੇ ਹੋ ਉਸੇ ਰੇਟ ਦੀ ਗੱਡੀ ਲੈ ਸਕਦੇ ਹੋ ਉਹਨੂੰ ਵੇਚ ਕੇ ਤੁਸੀਂ ਗੱਡੀ ਕਰੂਜ਼ ਨਹੀਂ ਲੈ ਸਕਦੇ ਤੁਹਾਨੂੰ ਵੱਡੀ ਗੱਡੀ ਵੇਚ ਕੇ ਵੱਡੀ ਗੱਡੀ ਹੀ ਲੈਣੀ ਪਊਗੀ ਕਿਉਂਕਿ ਜੇਕਰ ਤੁਸੀਂ ਲੋਨ ਕਰਾਇਆ ਵਾ ਤਾਂ ਤੁਹਾਡਾ ਲੋਨ ਚਾਰਜਰ ਤੇ ਅਪਰੂਵ ਹੋਇਆ ਵਾ ਤੁਹਾਡਾ ਅੱਗੇ ਵੀ ਤੁਹਾਡਾ ਮਹਿੰਗੀ ਗੱਡੀ ਤੇ ਅਪਰੂਵ ਹੋਊਗਾ ਆਪਾਂ ਕ੍ਰੂਜ਼ ਗੱਡੀ ਨਹੀਂ ਲੈ ਸਕਦੇ ਹਾਂਜੀ ਤੁਹਾਨੂੰ ਵੱਡੀ ਗੱਡੀ ਹੀ ਲੈਣੀ ਪੈਂਦੀ ਆ ਜੋ ਕਿ ਤੁਹਾਡਾ ਨੈਗੇਟਿਵਿਟੀ ਪੋਜ਼ਿਟਿਵਿਟੀ ਕੁਛ ਕਹਿੰਦੇ ਉਹਨੂੰ ਇਹ ਇਕਵਿਟੀ ਕੁਛ ਹੁੰਦਾ ਵਾ ਸਿਸਟਮ ਜਾਂ ਬੈਂਕਾਂ ਦਾ ਤਾਂ ਉਹ ਤੁਹਾਡੇ ਤੇ ਇਫੈਕਟ ਪੈਂਦਾ ਵਾ ਤਾਂ ਤੁਸੀਂ ਗੱਡੀ ਨਹੀਂ ਵੇਚ ਸਕਦੇ ਜੋ ਤੱਕ ਤੁਹਾਡਾ ਲੋਨ ਜਿਹੜਾ ਵਾ ਉਹ ਪੇ ਆਫ ਨਹੀਂ ਹੁੰਦਾ ਹਾਂਜੀ ਤਾਂ ਇਹ ਸੀਗੇ ਇਹਨਾਂ ਦੋਵਾਂ ਦੇ ਕੁਝ ਬੈਨੀਫਿਟ ਤੇ ਕੁਝ ਨੁਕਸਾਨ ਹੁਣ ਤੁਸੀਂ ਆ ਵੀਡੀਓ ਦੇਖ ਕੇ ਆਪੇ ਹਿਸਾਬ ਲਾ ਸਕਦੇ ਹੋ ਤੁਹਾਨੂੰ ਗੱਡੀ ਕੈਸ਼ ਚ ਲੈਣੀ ਚਾਹੀਦੀ ਆ ਜਾਂ ਤੁਹਾਨੂੰ ਗੱਡੀ ਲੋਨ ਕਰਾਉਣਾ ਚਾਹੀਦਾ ਵਾ ਕਿਉਂਕਿ ਜੇਕਰ ਤੁਹਾਡੇ ਕੋਲ ਬਹੁਤ ਜ਼ਿਆਦਾ ਪੈਸੇ ਆ ਗਿਆ ਫਿਰ ਤਾਂ ਤੁਸੀਂ ਗੱਡੀ ਕੈਸ਼ ਤੇ ਲਓ ਤੁਹਾਨੂੰ ਲੋਨ ਕਿਉਂਦਾ ਕੋਈ ਫਾਇਦਾ ਨਹੀਂਗਾ ਪਰ ਜੇਕਰ ਤੁਸੀਂ ਲਾ ਲਓ ਬਈ ਮਰ ਮਰ ਕੇ ਪੈਸੇ ਕਮਾਇਆ ਤੁਸੀਂ 10 ਡਾਲਰ ਮਹੀਨੇ ਇਕੱਠਾ ਕੀਤਾ ਵਾ ਤੇ ਉਹਨੂੰ ਤੁਸੀਂ ਕਿਸੇ ਹੋਰ ਪਾਸੇ ਯੂਜ਼ ਕਰਨਾ ਚਾਹੁੰਦੇ ਹੋ ਪਰ ਤੁਸੀਂ ਨਾਲ ਗੱਡੀ ਵੀ ਲੈਣਾ ਚਾਹੁੰਦੇ ਹੋ ਤਾਂ ਉਹਦੇ ਲਈ ਤੁਹਾਡੇ ਕੋਲ ਲੋਨ ਦਾ ਆਪਸ਼ਨ ਜਿਹੜਾ ਵਾ ਉਹ ਬਹੁਤ ਵਧੀਆ ਹੈਗਾ ਵਾ ਜੇਕਰ ਤੁ ਸੈਂਟ ਇੰਟਰਸਟ ਰੇਟ ਪੈ ਰਿਹਾ ਉਹਦੇ ਤੇ ਤੁਸੀਂ ਉਹ ਗੱਡੀ ਚੱਕ ਲੈਣੇ ਹੋ ਪਰ ਜੇਕਰ ਤੁਸੀਂ ਗੱਡੀ ਲੈਣੀ ਹੈ ਤਾਂ ਤੁਹਾਨੂੰ ਇੰਟਰਸਟ ਰੇਟ ਜੇ ਤੇ ਘੱਟ ਪਵੇ ਉਹੀ ਗੱਡੀ ਲਓ 3% ਤੋਂ ਘੱਟ ਇੰਟਰਸਟ ਰੇਟ ਹੋਵੇ ਤਾਂ ਕਿ ਤੁਹਾਡੇ ਜਿਹੜੇ ਪੈਸੇ ਉਹ ਜ਼ਿਆਦਾ ਖਰਾਬ ਨਾ ਹੋਣ ਤੇ ਗੱਡੀ ਤੁਸੀਂ ਜਦੋਂ ਲੈਣੇ ਹੋ ਮੰਥਲੀ ਪੇਮੈਂਟ ਦੀ ਆਪਣੀ ਜਿਆਦਾ ਟੈਨਸ਼ਨ ਹੁੰਦੀ ਹੈ ਵੈਸੇ ਤਾਂ ਵੀ ਮੰਥਲੀ ਪੇਮੈਂਟ ਮੈਂ ਪੇ ਕਰਨੀ ਹੈ ਕਿੱਦਾਂ ਕਰਨੀ ਹੈ ਨਾ ਪਰ ਉਹਦੇ ਲਈ ਤੁਹਾਡੇ ਕੋਲ ਸੇਵਿੰਗ ਹੋਣੀ ਚਾਹੀਦੀਆਂ ਜੇਕਰ ਤੁਸੀਂ ਲਾ ਲਓ 10 ਹਜ਼ਾਰ ਦੀ ਤੁਹਾਡੀ 20 ਹਜ਼ਾਰ ਦੀ ਗੱਡੀ ਆ ਤਾਂ ਤੁਸੀਂ ਜੇਕਰ ਆਪਣੀ ਡਾਊਨ ਪੇਮੈਂਟ ਕਰ ਦਿੰਦੇ ਹੋ 3-4 ਹਜ਼ਾਰ ਡਾਲਰ ਤਾਂ ਵੀ ਤੁਹਾਡਾ ਜਿਹੜਾ ਇੰਟਰਸਟ ਰੇਟ ਆ ਉਹ ਵੀ ਕਾਫੀ ਘਟ ਜਾਂਦਾ ਵਾ ਤਾਂ ਤੁਸੀਂ ਉਸ ਚੀਜ਼ ਵੱਲ ਵੀ ਸੋਚ ਸਕਦੇ ਹੋ ਤਾਂ ਹੁਣ ਇਹ ਤੁਹਾਡੇ ਦੇ ਡਿਪੈਂਡ ਕਰਦਾ ਵੀ ਤੁਸੀਂ ਕਿਹੜਾ ਆਪਸ਼ਨ ਚੂਜ਼ ਕਰਨਾ ਚਾਹੁੰਦੇ ਹੋ ਬਾਕੀ ਦੋਵੇਂ ਆਪਸ਼ਨ ਵਧੀਆ ਨੇ ਜੇਕਰ ਤੁਸੀਂ ਕੈਸ਼ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਕੈਸ਼ ਗੱਡੀ ਲੈ ਸਕਦੇ ਹੋ ਪਰ ਜੇਕਰ ਚੈਨਲ ਨੂੰ ਹਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਜਾ ਕੇ ਸਬਸਕ੍ਰਾਈਬ ਕਰ ਲਓ ਤੇ ਨਾਲ ਦੇ ਨਾਲ ਬੈਲ ਆਈਕਨ ਦਬਾਉਣਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਤੁਹਾਨੂੰ ਨਾਲ ਦੇ ਨਾਲ ਮਿਲ ਜੇ ਤੇ ਆਪਾਂ ਤੁਹਾਨੂੰ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਅੱਜ ਦੀ ਲਈ ਇਨਾ ਹੀ ਬਾਏ ਬਾਏ